ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ PS ਟੈਟ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ, ਔਰ ਇਸ ਤੋਂ ਇਲਾਵਾ ਕੋਈ ਵੀ ਜੋਬ ਦੇ ਨਾਲ ਰਿਲੇਟਡ ਜਾਂ ਐਜੂਕੇਸ਼ਨ ਦੇ ਨਾਲ ਰਿਲੇਟਡ ਕੋਈ ਵੀ ਇੰਪੋਰਟੈਂਟ ਨਿਊਜ਼ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਜੋ ਵਿਦਿਆਰਥੀ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੈ, ਚਾਹੇ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਹੋਵੇ, ਕਿਸੇ ਵੀ ਆਲ ਇੰਡੀਆ ਜਾਂ ਪੰਜਾਬ ਦੀ ਜੋਬ ਦੇ ਨਾਲ ਰਿਲੇਟਡ ਹੋਵੇ, ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਸੋ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਰਿਲੇਟਡ ਹੈ ਉਹਨਾਂ ਵਿਦਿਆਰਥੀਆਂ ਦੇ ਨਾਲ ਜਿਨ੍ਹਾਂ ਦੀ ਮਾਰਚ 2004 ਤੋਂ ਹੁਣ ਤੱਕ ਲੈ ਕੇ ਕਿਸੇ ਵੀ ਦਸਵੀਂ ਜਾਂ ਬਾਰ੍ਹਵੀਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਰੀਪੀਅਰ ਜਾਂ ਕੰਪਾਰਟਮੈਂਟ ਹੈ ਪਰ ਉਹ ਕਲੀਅਰ ਨਹੀਂ ਕਰ ਪਾਏ ਮਿਲੇ ਮੌਕਿਆਂ ਦੇ ਅਨੁਸਾਰ ਵਾਸਤੇ, ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ। ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਰੀਪੇਅਰ ਜਾਂ ਕੰਪਾਰਟਮੈਂਟ ਜਿਹੜੀ ਟੁੱਟਦੀ ਨਹੀਂ ਹੈ। ਤਾਂ ਪੂਰੀ ਜਿਹੜੇ ਹੈ ਪਬਲਿਕ ਨੋਟਿਸ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀ ਦਿੱਤਾ ਗਿਆ ਆਪਾਂ ਪੜ੍ਹ ਲੈਂਦੇ ਹਾਂ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਦੇ ਸ਼ੁਭ ਅਵਸਰ 'ਤੇ ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਸਮੇਤ ਓਪਨ ਸਕੂਲ, ਸੋ ਜਿਹੜੇ ਓਪਨ ਸਕੂਲ ਵਾਲੇ ਵਿਦਿਆਰਥੀ ਨੇ ਉਹਨਾਂ ਦੇ ਸਮੇਤ ਮਾਰਚ 2004 ਅਤੇ ਉਸ ਤੋਂ ਬਾਅਦ ਵਾਲੇ ਅਜਿਹੇ ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ ਰੀਪੀਅਰ ਕੰਪਾਰਟਮੈਂਟ ਘੋਸ਼ਿਤ ਹੋਇਆ ਸੀ ਪਰੰਤੂ ਉਹ ਨਿਯਮਾਂ ਅਨੁਸਾਰ ਮਿਲੇ ਮੌਕਿਆਂ ਅਨੁਸਾਰ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ, ਜਾਂ ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੀ ਕਾਰਗੁਜ਼ਾਰੀ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਅਜਿਹੇ, ਜੇਕਰ ਤੁਸੀਂ ਇੰਪਰੂਵਮੈਂਟ ਵੀ ਕਰਨਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਵੀ ਹੈ ਨਿਊਜ਼। ਅਜਿਹੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਵਿੱਚ ਅਪੀਅਰ ਹੋਣ ਲਈ ਇੱਕ ਜਿਹੜਾ ਸੁਨਹਿਰੀ ਮੌਕਾ ਦਿੱਤਾ ਜਾਂਦਾ ਹੈ, ਸੋ ਬੋਰਡ ਵੱਲੋਂ ਸੁਨਹਿਰੀ ਗੋਲਡਨ ਚਾਂਸ ਜਿਹੜਾ ਹੈ ਦਿੱਤਾ ਜਾ ਰਿਹਾ। ਸੋ ਜੇਕਰ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਰੀਪੇਅਰ ਹੈ ਜਾਂ ਤੁਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ। ਉਸ ਦੇ ਲਈ ਜਿਹੜੀ ਫੀਸ ਵਗੈਰਾ ਉਹ ਕੀ ਹੋਏਗੀ, ਸੋ ਫੀਸ ਅਤੇ ਫਾਰਮ ਜਮ੍ਹਾਂ ਕਰਵਾਉਣ ਦੀ ਜਿਹੜੀ ਡੇਟਸ ਨੇ ਉਹ ਹੈ, ਫੀਸ ਦੀ ਗੱਲ ਕਰੀਏ ਤਾਂ 15,000 ਰੁਪਇਆ ਜੀ ਉੱਕਾ ਪੁੱਕਾ। ਸੋ ਚਾਹੇ ਤੁਹਾਡੀ 2004 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਾਲ ਦੀ ਰੀਪੇਅਰ ਹੈ ਜਾਂ ਤੁਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ ਜਾਂ ਕੰਪਾਰਟਮੈਂਟ ਤੋੜਨਾ ਚਾਹੁੰਦੇ ਹੋ ਤਾਂ ਸਾਰਿਆਂ ਦੇ ਲਈ ਫੀਸ ਜਿਹੜੀ ਹੈ 15,000 ਹੈ, ਔਰ ਚਲਾਨ ਜਨਰੇਟ ਕਰਨ ਦੀ ਜਿਹੜੀ ਮਿਤੀ ਹੈ 30/8/2019 ਹੈ, ਔਰ ਬੈਂਕ ਵਿੱਚ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ ਹੈ ਜਿਹੜੀ ਉਹ 4/9/2019 ਹੈ, ਔਰ ਖੇਤਰੀ ਦਫ਼ਤਰ ਵਿੱਚ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਜਿਹੜੀ ਮਿਤੀ ਹੈ ਉਹ 9/9/2019। ਸੋ ਬਹੁਤ ਇੰਪੋਰਟੈਂਟ ਡੇਟ ਨੇ ਜੀ, ਇਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਔਰ ਇਸ ਤੋਂ ਇਲਾਵਾ ਜਿਹੜੀ ਅਗਲੀ ਇਨਫੋਰਮੇਸ਼ਨ ਹੈ ਪ੍ਰੀਖਿਆ ਸੰਬੰਧੀ ਵਧੇਰੇ ਜਾਣਕਾਰੀ ਲਈ ਜਿਹੜਾ ਪ੍ਰੋਸਪੈਕਟ ਹੈ ਉਹ ਬੋਰਡ ਦੀ ਜਿਹੜੀ ਵੈਬਸਾਈਟ ਹੈ www.pseb.ac.in 'ਤੇ ਜਿਹੜਾ ਉਪਲਬਧ ਹੈ, ਉੱਥੋਂ ਤੁਸੀਂ ਜਿਹੜਾ ਡਾਊਨਲੋਡ ਉਹ ਕਰ ਸਕਦੇ ਹੋ ਜੀ। ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੀ, ਪਲੀਜ਼ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਔਰ ਹੋਰ ਐਜੂਕੇਸ਼ਨਲ ਔਰ ਇਨਫੋਰਮੇਸ਼ਨ ਔਰ ਜੋਬ ਦੇ ਨਾਲ ਰਿਲੇਟਡ ਵੀਡੀਓ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।